ਹਾਂਜੀ ਸਤਿ ਸ੍ਰੀ ਅਕਾਲ ਨਮਸਤੇ ਰਾਮ ਰਾਮ ਤੇ ਆਦਾਬ ਜੀ ਸਾਰੇ ਭੈਣ ਭਰਾंनो ਇੱਕ ਵਾਰੀ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਨੂੰ ਚੈਨਲ ਪੰਜਾਬੀ ਸਪੋਰਟ ਕਰਵਾ ਲਈ ਚ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਜਾਂ ਠੀਕ ਠਾਕ ਤੇ ਤੰਦਰੁਸਤ ਹੋਵੋਗੇ ਜੀ ਇੱਕ ਸਫਤੀ ਨਿਊਜ਼ ਆਈ ਜੀ ਅਪਡੇਟ ਆਈ ਉਹਦੇ ਬਾਰੇ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਨੀ ਸੈਫ ਨੇ ਪਿਛਲੇ ਹਫਤੇ ਤੋਂ 42000 ਪ੍ਰੋਸੈਸ ਲਈ ਜਿਹੜੀਆਂ ਵੈਕੈਂਸੀਆਂ ਖੋਲ੍ਹ ਦਿੱਤੀਆਂ ਤਾਂ ਜੋ ਵਿਦੇਸ਼ੀ ਲੋਕ ਪੁਰਤਗਾਲ 'ਚ ਆਪਣੀ ਸਿਚੁਏਸ਼ਨ ਨੂੰ ਰੈਗੂਲਰ ਕਰ ਸਕਣ ਪਰ ਕਾਲਾਂ ਦਾ ਜਵਾਬ ਦੇਣ ਅਤੇ ਅਪਾਇੰਟਮੈਂਟ ਬੁੱਕ ਕਰਨ ਲਈ ਉਪਲਬਧ 50 ਸੈਫਤੇ ਵਰਕਰਾਂ ਦਾ ਉਹਨੂੰ ਇਸ ਨੂੰ ਪੂਰਾ ਕਰਨ ਲਈ ਕਾਫੀ ਨਹੀਂ ਹਨ ਰਿਪੋਰਟ ਦੇ ਅਨਸਾਰ ਕਈ ਇਮੀਗ੍ਰੈਂਟ ਸੈਫ ਦੀ ਸਰਵਿਸ ਅਤੇ ਅਪਾਇੰਟਮੈਂਟ ਨਾ ਮਿਲਣ ਕਰਕੇ ਕਾਫੀ ਕੰਪਲੀਟਾ ਕਰ ਰਹੇ ਹਨ ਬਾਕੀ ਸੋਸ਼ਲ ਮੀਡੀਆ ਤੇ ਕਈ ਨਿਊਜ਼ਾਂ ਤੇ ਸੈਫਰ ਰਿਲੇਟਡ ਇੱਕ ਵਿਅਕਤੀ ਵੱਲੋਂ ਦਾਅਵਾ ਕੀਤਾ ਗਿਆ ਕਿ ਸਿਰਫ ਇੱਕ ਦਿਨ ਵਿੱਚ ਉਸਨੇ ਅਪਾਇੰਟਮੈਂਟ ਲੈਣ ਲਈ ਜਿਹੜਾ 1500 ਫੋਨ ਕਾਲ ਦੀ ਕਰਨ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਅਪਾਇੰਟਮੈਂਟ ਨਹੀਂ ਮਿਲੀ ਤੇ ਦੂਜੇ ਕੋਰਪਰਸਨ ਅਪਾਇੰਟਮੈਂਟ ਲਈ 30000 ਤੋਂ ਵੱਧ ਕਾਲਾਂ ਜਿਹੜੀਆਂ ਹੁਣ ਤੱਕ ਕਰ ਚੁੱਕਾ ਹੈ ਜੀ ਬਾਕੀ ਨਿਊਜ਼ ਸੋਰਸ ਦੇ ਅਨੁਸਾਰ ਸੈਫਟੀ ਆਪੁਆਇੰਟਮੈਂਟਾਂ ਜ਼ਿਆਦਾਤਰ ਕੰਟੈਕਟ ਸੈਂਟਰ ਦੁਆਰਾ ਸ਼ਡਿਊਲ ਕੀਤੀ ਜਾਂਦੀਆਂ ਜੋ ਸੋਮਵਾਰ ਤੋਂ ਸ਼ੁੱਕਰਵਾਰ ਤੱਕ 50 ਕਰਮਚਾਰੀਆਂ ਦੇ ਨਾਲ ਤੇ 21 ਪਛਾਵਾਂ ਵਿੱਚ ਉਪਲਬਧ ਹਨ ਇਸ ਦੀ ਰੋਜ਼ਾਨਾ ਔਸਤ ਪ੍ਰਤੀ ਦਿਨ ਲਗਭਗ 3000 ਕਾਲ ਹਨ ਜੀ ਪਰ ਸੈਫ ਮੁਤਾਬਕ ਬੀਤੇ ਜਨਵਰੀ ਮਹੀਨੇ ਤੋਂ 524000 ਰੀਨਿਊ ਕਲਾਂ ਹੋਰ ਵਧ ਗਿਆ ਹਨ ਸੈਫ ਨੇ ਪਬਲਿਕ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਰੈ residense ਪਰਮਿਟ ਦੇ ਰੀਨਿਊ 골ਡਨ ਵੀਜ਼ਾ ਦੇ ਰੀਨਿਊ ਸਟੇ ਐਕਸਟੈਂਡ ਕਰਵਾਉਣ ਲਈ ਡੁਪਲੀਕੇਟ ਪੇਪਰ ਜਾਰੀ ਕਰਨਾ ਡਾਟਾ ਅਤੇ ਪ੍ਰਮਾਣ ਪੱਤਰਾਂ ਦੀ ਤਬਦੀਲੀ ਲਈ ਹਜ਼ਾਰਾਂ ਨਵੇਂ ਓਪਨਿੰਗ ਉਪਲਬਧ ਕਰਵਾਈ ਜਾਣਗੇ ਮਤਲਬ ਵੀ ਸੈਫ ਲੋ ਜਿਹੜਾ ਆਉਣ ਵਾਲੇ ਸਮੇਂ ਚ ਹੋਰ ਰੀਡੀਆਂ ਅਪਾਇੰਟਮੈਂਟਾਂ ਓਪਨ ਕੀਤੀ ਜਾਣਗੀਆਂ ਜੀ ਇਸ ਕੈਟਾਗਰੀ ਦੇ ਰਿਲੇਟਡ ਬਾਕੀ ਤੁਹਾਨੂੰ ਕੀ ਲੱਗਦਾ ਹੈ ਸੈਫ ਅਪਾਇੰਟਮੈਂਟ ਦੁਬਾਰਾ ਕਦੋਂ ਖੁੱਲੇਗੀ ਨੀਚੇ ਵੀਡੀਓ ਜ਼ਰੂਰ ਦਿਓ ਜੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਇਦਾਂ ਦੀਆਂ ਹੋਰ ਇਨਫੋਰਮੇਸ਼ਨ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਘੰਟੀ ਵਾਲਾ ਬਟਨ ਨੋਟੀਫਿਕੇਸ਼ਨ ਦਾ ਜਰੂਰ ਪ੍ਰੈਸ ਕਰਿਓ ਤਾਂ ਕਿ ਜਦੋਂ ਵੀ ਮੈਂ ਅਗਲੀ ਵੀਡੀਓ ਅਪਲੋਡ ਕਰਾਂ ਤਾਂ ਤੁਹਾਨੂੰ ਨਾਲ ਦੀ ਨਾਲ ਹੀ ਪਤਾ ਚੱਲ ਜਾਏ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਤੇ ਨਵੀਂ ਅਪਡੇਟ ਨਾਲ ਰੱਬ ਰਾਖਾ ਜੀ